ਬੇਕੀ ਪਰਦੇ ਕੋਲ ਤੋਂ ਸੁਣੀ ਆਇਆ ਲੱਗ ਰਿਹਾ ਮੈਨੂੰ ਦਾ ਕੋਈ ਹਿੰਮਤ ਹਾਂ ਰਿਸ਼ਾਜਾ ਜਿਸ ਤੋਂ ਬੱਠੂ ਆ ਰਿਹਾ ਮੱਝੂ ਆਜੇ ਹਾਂ ਜਿਹੜਾ ਇਹ ਪ੍ਰੋਟੈਸਟ ਆ ਸਾਡਾ ਪੰਜਾਬ ਯੂਨੀਵਰਸਿਟੀ ਦੇ ਵਾਈ ਚਾਂਸਲਰ ਆਫਿਸ ਤੇ ਬਾਹਰ ਰੱਖਿਆ ਹੋਇਆ 6 ਅਗਸਤ ਤੋਂ ਜਾਰੀ ਆ ਤੇ ਅੱਜ ਨੌਵਾਂ ਦਿਨ ਆਇਆ ਪ੍ਰੋਟੈਸਟ ਦਾ ਤੇ ਇਹ ਤਾਂ ਫਿਜ਼ੀਕਲੀ ਤਾਂ 6 ਅਗਸਤ ਤੋਂ ਆ ਪਰ ਇਹਦੇ ਲਈ ਅਸੀਂ ਅਗਰ ਦੱਸੀਏ ਬੈਕਗ੍ਰਾਉਂਡ ਅਸੀਂ ਨੇ ਕਿੰਨੇ ਸਾਲਾਂ ਤੋਂ ਲਿਖਦੇ ਆ ਰਹੇ ਹਾਂ ਕਿ ਇਸ ਮੁੱਦੇ ਦਾ ਹੱਲ ਕੀਤਾ ਜਾਵੇ ਕਿਉਂਕਿ ਇਹਦੇ 'ਚ ਇਹੋ ਜਿਹੇ ਕੁਝ ਮੁੱਦੇ ਨੇ ਜਿਵੇਂ ਹਰਿਆਣੇ ਦੇ ਸਟੂਡੈਂਟਸ ਦੀ ਸਕਾਲਰਸ਼ਿਪ ਦਾ ਇਸ਼ੂ ਆ ਤੇ ਹੋਸਟਲਾਂ ਦੇ ਵਿੱਚ ਰਿਜ਼ਰਵੇਸ਼ਨ ਪ੍ਰੋਵਾਈਡ ਕਰਨ ਦਾ ਇਸ਼ੂ ਆ ਐਸ ਪਰ ਯੂਜੀਸੀ ਤੇ ਆਈਆਈਸੀਈਟੀ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਉਹ ਤਾਂ ਅਸੀਂ ਕਿੰਨੇ ਟਾਈਮ ਤੋਂ ਲਿਖਦੇ ਆ ਰਹੇ ਹਾਂ ਤੇ ਬਾਕੀ ਜਿਹੜਾ ਇੱਕ ਮੁੱਦਾ ਜਿਹੜਾ ਹੈਗਾ ਜਿਹੜਾ ਹੁਣ ਜ਼ਿਆਦਾ ਰਾਈਜ਼ ਹੋਇਆ ਉਹ ਹੈਗਾ ਪੰਜਾਬ ਦੇ ਜਿਹੜੇ ਐਸਸੀ ਸਟੂਡੈਂਟ ਨੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਆਉਂਦੇ ਨੇ ਉਹਨਾਂ ਦੀ ਫੀਸ ਕਨਸੈਸ਼ਨ ਹੁੰਦੀ ਆ ਗਵਰਨਮੈਂਟ ਵੱਲੋਂ ਕੀਤੀ ਜਾਂਦੀ ਆ ਤੇ ਉਹ ਪੈਸੇ ਸਰਕਾਰ ਵੱਲੋਂ ਨਹੀਂ ਆਏ ਕੁਝ ਸਾਲਾਂ ਦੇ ਪੈਸੇ ਨਹੀਂ ਇਹ ਸਕਾਲਰਸ਼ਿਪ ਦੀ ਅਗਰ ਗੱਲ ਕਰੀਏ ਤਾਂ ਇਹ ਪੋਸਟ میٹرਿਕ ਸਕਾਲਰਸ਼ਿਪ ਸਕੀਮ ਆ ਇਹਦੇ ਥੋੜੇ ਜਿਵੇਂ ਚੇਂਜ ਹੋਇਆ ਪਾਲਿਸੀ ਚੇਂਜ ਹੋਈ ਆ ਅਦਰਵਾਈਜ਼ ਇਹ ਪੰਜਾਬ ਜੂ ਦੇ ਡੇੜਗੜ 44 ਦੇ ਉੱਥੋਂ 1944 ਦੇ ਡੇੜਗੜ ਚੱਲੀ ਸੀ ਉਦੋਂ ਉੱਥੋਂ ਚਲਦੀ ਚਲਦੀ ਫਿਰ ਇਹ ਸੈਂਟਰਲੀ ਸਪான்ਸਰਡ ਸਕਾਲਰਸ਼ਿਪ ਸੀ ਤੇ ਸਟੇਟਾਂ ਦੇ ਥਰੂ ਚਲਦੀ ਸੀ ਪੰਜਾਬ ਦਾ ਜਿਹੜਾ ਆਬਾਦੀ ਆ ਜਿਹੜੀ ਐਸਸੀ ਪੋਪੂਲੇਸ਼ਨ ਆ ਸ਼ੈਡਿਊਲ ਕਾਸਟ ਦੀ ਪੋਪੂਲੇਸ਼ਨ ਆ ਉਹ ਅਗਰ ਦੇਖੀਏ 2011 ਦਾ ਜਿਹੜਾ ਸੈਂਸਸ ਆ ਉਹਦੇ ਹਿਸਾਬ ਨਾਲ 31.6594% ਆ ਤੇ ਜਿਹੜੀ ਪੂਰੇ ਦੇਸ਼ ਦੀ ਪ੍ਰੋਪੋਰਸ਼ਨਲ ਪੋਪੂਲੇਸ਼ਨ ਦੇ ਨਾਲੋਂ ਐਸਸੀਆਂ ਦੀ ਨਾਲੋਂ ਉਹ ਸਭ ਤੋਂ ਵੱਧ ਪੋਪੂਲੇਸ਼ਨ ਪੰਜਾਬ ਦੇ ਵਿੱਚ ਆ ਤੇ 2007 ਦੇ ਵਿੱਚ ਜਦੋਂ ਕੁਝ ਡਾਟਾ ਵਗੈਰਾ ਕਲੈਕਟ ਕੀਤਾ ਗਿਆ ਕਿ ਹਾਈਰ ਐਜੂਕੇਸ਼ਨ ਦੇ ਵਿੱਚ ਐਸਸੀਆਂ ਦੀ ਪਾਪੂਲੇਸ਼ਨ ਇੰਨੀ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਆ ਉਹਦੇ ਚ ਪਾਰਟਿਸਪੇਸ਼ਨ ਹੈ ਰ ਐਜੂਕੇਸ਼ਨ ਚ ਘਟਾ ਉਸ ਟਾਈਮ ਤੇ ਫਿਰ ਪੰਜਾਬ ਸਰਕਾਰ ਨੇ ਇਹ ਪਾਲਿਸੀ ਲੈ ਕੇ ਆਏ ਉਹ ਕਿ ਜਿਹੜੇ ਸਟੂਡੈਂਟ ਨੇ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅੰਦਰ ਕਵਰ ਕਰਦੇ ਨੇ ਉਹਨਾਂ ਦੀ ਫੀਸ ਆ ਜਿਹੜੀ ਮੌਕੇ ਤੇ ਹੀ ਮਾਫ ਹੋਵੇਗੀ ਇਹਦੇ ਚ ਕੁਝ ਇਹਦੇ ਚ ਕੁਝ ਸਾਲ ਹੈਗੇ ਨੇ ਜਿਵੇਂ 16 17 17 18 ਤਿੰਨ ਦੋ ਤਿੰਨ ਸਾਲ ਨੇ ਜਿਹੜੇ ਚ ਸਰਕਾਰ ਵੱਲੋਂ ਪੈਸਾ ਪ੍ਰੋਪਰ ਤਰੀਕੇ ਨਾਲ ਨਹੀਂ ਆਇਆ ਕੁਛ ਆਇਆ ਸੀ ਇੱਕ ਆਪਣੇ ਪੰਜਾਬ ਦੇ ਜਿਹੜੇ ਮੰਤਰੀ ਸਾਹਿਬ ਸੀ ਜਿਹੜੇ ਸਾਧੂ ਸਿੰਘ ਧਰਮਸੋਤ ਅੱਜ ਕੱਲ ਮੈਨੂੰ ਲੱਗਦਾ ਉਹ ਲੱਕੜਾ ਚੋਰੀ ਵਾਲੇ 'ਚ ਵੀ ਹੈਗੇ ਨੇ ਕਈ ਕੇਸਾਂ ਦੇ ਵਿੱਚ ਇਸ ਮਾਮਲੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਬਾਅਦ 'ਚ ਸਰਕਾਰ ਨੇ ਉਹਨੂੰ ਉਹਦੇ 'ਚ ਕੱਢ ਦਿੱਤਾ ਸੀ ਉਹਨਾਂ ਨੇ ਵੀ ਕਈ ਕਰੋੜਾਂ ਦਾ ਕਪੜਾ ਕੀਤਾ ਸੀ ਐਸਐਸ ਸਟੂਡੈਂਟ ਦੇ ਜਿਹੜੇ ਸਕਾਲਰਸ਼ਿਪਾਂ ਦਾ ਉਹ ਸਾਲ ਦੇ ਵੀ ਪੈਸੇ ਰਹਿੰਦੇ ਨੇ ਪਰ ਉਹ ਸਰਕਾਰ ਕਹਿ ਰਹੀ ਸਾਡੀ ਆਡਿਟ ਚੱਲ ਰਹੀ ਹੈ ਜੇ ਸਰਕਾਰ ਕਹਿ ਰਹੀ ਆਡਿਟ ਚੱਲ ਰਹੀ ਆ ਆਡਿਟ ਥੋੜੀ ਚੱਲ ਰਹੀ ਹੈ ਨਾ ਜਦੋਂ ਤੁਸੀਂ ਨੇ ਕੋਈ ਹੋਰ ਵੱਡਾ ਪ੍ਰੋਗਰਾਮ ਕਰਨਾ ਹੁੰਦਾ ਉਹ ਤੁਸੀਂ ਕਿਤੋਂ ਵੀ ਪੈਸੇ ਕੱਢ ਲੈਨੇ ਹੋ ਪਰ ਇਹ ਜਦੋਂ ਅਨਸੋਚੇ ਜਾਤੀਆਂ ਦੇ ਵਿਦਿਆਰਥੀਆਂ ਦਾ ਮਾਮਲਾ ਤੇ ਤੁਸੀਂ ਉਸੇ ਪੈਸੇ ਦਾ ਗੱਲ ਕਰਦੇ ਕਰਦੇ ਤੇ ਤੁਸੀਂ ਉਹਦੇ ਤੇ ਇੱਕ ਸਬਜਡਾਈਸ ਹੀ ਕਰ ਦਿੰਦੇ ਆ ਮੈਟਰੀ ਸਬਜਡਾਈਸ ਨਹੀਂ ਹੋਣਾ ਚਾਹੀਦਾ ਕੰਟੀਨਿਊਟੀ ਹੋਣੀ ਚਾਹੀਦੀ ਆ ਜੇ ਤੁਸੀਂ ਵੈਲਫੇਅਰ ਕਰਨਾ ਸਟੂਡੈਂਟ ਦੇ ਸਾਡੇ ਨੇ ਤਿੰਨ ਮੁੱਦੇ ਨੇ ਜਿਦੇ ਵਿੱਚ ਪਹਿਲਾ ਸਾਡਾ ਮੁੱਦਾ ਹੈਗਾ ਪੰਜਾਬ ਦੇ ਜਿਹੜੇ ਐਸ ਸੀ ਐਸਟੀ ਸਟੂਡੈਂਟ ਨੇ ਉਹ ਐਸ ਸੀ ਸਟੂਡੈਂਟ ਨੇ ਪੋਸਟ میٹرਿਕ ਸਕਾਲਰਸ਼ਿਪ ਦੇ ਅੰਡਰ ਪੜ ਰਹੇ ਨੇ ਤੇ ਉਹਨਾਂ ਦੇ ਜਿਹੜੇ ਕੁਝ ਸਾਲਾਂ ਦੇ ਪੈਸੇ ਆ ਜਿਹੜੇ ਸਰਕਾਰ ਨੇ ਯੂਨੀਵਰਸਿਟੀ ਨੂੰ ਨਹੀਂ ਦਿੱਤੇ ਉਹਦੇ ਕਰਕੇ ਜਿਹੜੇ ਯੂਨੀਵਰਸਿਟੀ ਨੇ ਪੰਜਾਬ ਦੇ ਐਸ ਸੀ ਸਟੂਡੈਂਟਾਂ ਦੀਆਂ ਡਿਗਰੀਜ਼ ਰੋਕ ਰੱਖੀਆਂ ਡਿਗਰੀ ਤੇ ਡੀ ਐਮ ਸੀ ਇਹਦੇ ਵਿੱਚ ਪੰਜਾਬ ਨੇ ਪਹਿਲਾਂ ਵੀ ਇੱਕ ਨੋਟੀਫਿਕੇਸ਼ਨ ਕੀਤਾ ਕੱਢਿਆ ਸੀ ਪੰਜਾਬ ਸਰਕਾਰ ਨੇ ਜਿਹਦੇ ਵਿੱਚ ਕਿਹਾ ਸੀ ਕਿ ਜਿਹੜੀਆਂ ਡਿਗਰੀਆਂ ਤੇ ਡੀਐਮਸੀ ਆ ਤੁਰੰਤ ਰਿਲੀਜ਼ ਕੀਤੇ ਜਾਣ ਹੁਣ ਅਸੀਂ 6 ਅਗਸਤ 2022 ਤੋਂ ਇੱਥੇ ਪੱਕਾ ਧਰਨਾ ਲਾ ਕੇ ਬੈਠੇ ਆ ਜਿਹਦਾ ਅਜ ਨੌਵਾਂ ਦਿਨ ਆ ਤੇ ਜਦੋਂ ਅਸੀਂ ਇੱਥੇ ਧਰਨਾ ਸਟਾਰਟ ਕੀਤਾ ਨਾਲ ਹੀ ਨਾਲ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਪੰਜਾਬ ਦੇ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਮੈਮੋਰੰਡਮ ਦੇਣ ਦਾ ਜਿਹੜੇ ਵਿੱਚ ਅਸੀਂ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਨੂੰ ਮਿਲੇ ਵੈਲਫੇਅਰ ਮਿਨਿਸਟਰ ਡਾਕਟਰ ਬਲਜੀਤ ਕੌਰ ਜੀ ਨੂੰ ਮਿਲੇ ਤੇ ਉੱਥੇ ਅਸੀਂ ਮੈਮੋਰੰਡਮ ਦੇ ਵਿੱਚ ਇੱਕ ਸਪੈਸ਼ਲ ਚੀਜ਼ ਲਿਖਦੇ ਹੁੰਦੇ ਸੀ ਕਿ ਜਿਹੜਾ ਪੈਸਿਆਂ ਦਾ ਭੁਗਤਾਨ ਨਾ ਹੋਣਾ ਉਹ ਸਰਕਾਰ ਤੇ ਸੰਸਥਾਵਾਂ ਦੇ ਵਿੱਚ ਦਾ ਮਸਲਾ ਤੇ ਪਿਛਲੇ ਦਿਨੀ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਕੈਬਨਟ ਦੀ ਮੀਟਿੰਗ ਦੇ ਵਿੱਚ ਡਿਸਾਈਡ ਕਰਕੇ ਹਦਾਇਤਾਂ ਦਿੱਤੀਆਂ ਕਿ ਜਿਹੜਾ ਪੈਸਿਆਂ ਦਾ ਮਸਲਾ ਉਹ ਸਰਕਾਰ ਤੇ ਸੰਸਥਾਵਾਂ ਦੇ ਵਿੱਚ ਦਾ ਮਸਲਾ ਜਿਹਦੇ ਵਿੱਚ ਜਿਹੜੇ ਸਟੂਡੈਂਟ ਆ ਸਫਰ ਨਹੀਂ ਕਰਨੇ ਚਾਹੀਤੇ ਜਿਹੜੀਆਂ ਉਹਨਾਂ ਦੀਆਂ ਡੀਐਮਸੀ ਤੇ ਡਿਗਰੀਜ਼ ਆ ਉਹ ਰੀਲੀਜ਼ ਕਰ ਦਿੱਤੀਆਂ ਜਾਂ ਇਹਦੇ ਵਿੱਚ ਜਿਹੜਾ ਹੈਗਾ ਸਾਲ ਨੇ 17 18 18 19 19 20 ਜਿਹਦੇ ਪੈਸੇ ਰੁਕੇ ਆ 20 21 22 ਤੋਂ ਜਿਹੜੇ ਦੋ ਸਾਲ ਲਗਾਤਾਰ ਪੈਸੇ ਆ ਰਹੇ ਆ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਘੱਟੋ ਘੱਟ ਜਿਹੜਾ 4 ਲੱਖ ਸਟੂਡੈਂਟ ਹੋਊਗਾ ਜਿਨ੍ਹਾਂ ਦੀਆਂ ਡੀਐਮਸੀ ਤੇ ਡਿਗਰੀ ਚ ਰੁਕੇ ਹੋਏ ਨੇ ਦੂਜਾ ਜਿਹੜਾ ਸਾਡਾ ਮੁੱਦਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੋ ਹੋਸਟਲ ਨੇ ਮੁੰਡਿਆਂ ਦਾ ਸੀ ਨੰਬਰ ਹੋਸਟਲ ਤੇ ਕੁੜੀਆਂ ਦਾ 5 ਨੰਬਰ ਹੋਸਟਲ ਉਹਦੇ ਵਿੱਚ ਨਾ ਕੁਝ ਸਪੈਸ਼ਲ ਗ੍ਰਾਂਟਸ ਆਈਆਂ ਸੀ ਉਹਦੇ ਵਿੱਚ ਕੁਝ ਕਮਰੇ ਨੇ ਜਿਹੜੇ ਸਪੈਸ਼ਲ ਐਸ ਸੀ ਐਸਟੀ ਸਟੂਡੈਂਟਸ ਲਈ ਬਣੇ ਹੋਏ ਨੇ ਤੇ ਜਦੋਂ ਅਸੀਂ ਇੱਕ ਨੰਬਰ ਗੇਟ ਤੋਂ ਯੂਨੀਵਰਸਿਟੀ ਦੇ ਤੋਂ ਐਂਟਰ ਹੁੰਨੇ ਆ ਜੇ ਅਸੀਂ ਉੱਥੇ ਮੈਪ ਦੇ ਉੱਪਰ ਦੇਖਦੇ ਆ ਮੈਪ ਦੇ ਉੱਪਰ ਲਿਖਿਆ ਹੋਇਆ ਹੋਸਟਲ ਐਸ ਸੀ ਐਸਟੀ ਸਟੂਡੈਂਟ ਹੋਸਟਲ ਤੇ ਸਾਡਾ ਜਦੋਂ ਉਹ ਚੱਲਦਾ ਹੈਗਾ ਮੁੱਦਾ ਤਾਂ ਉੱਥੇ ਕਿਹਾ ਜਾਂਦਾ ਵੀ ਜੇ ਇੱਥੇ ਐਸਸੀਐਸਟੀ ਸਟੂਡੈਂਟ ਰਹਿਣਗੇ ਤਾਂ ਟੈਗ ਲੱਗ ਜੂਗਾ ਕਿ ਇੱਥੇ ਐਸਸੀਐਸਟੀ ਸਟੂਡੈਂਟ ਰਹਿੰਦੇ ਆ ਤਾਂ ਸਾਡੀ ਉਹਦੇ ਵਿੱਚ ਡਿਮਾਂਡ ਆ ਵੀ ਜਿੰਨੀ ਜਿੰਨੀ ਅਲੋਕੇਸ਼ਨ ਮੁੰਡਿਆਂ ਦੀ ਆ ਜਿੰਨੀ ਅਲੋਕੇਸ਼ਨ ਕੁੜੀਆਂ ਦੀ ਆ ਉਹ ਸਾਨੂੰ ਵੱਖਰੇ ਵੱਖਰੇ ਹੋਸਪਟਲਾਂ ਦੇ ਵਿੱਚ ਦਿੱਤੀ ਜਾਵੇ 2017 ਦੀ ਇੱਕ ਮੀਟਿੰਗ ਆ ਜਿਹਦੇ ਵਿੱਚ ਅਪਰੂਵ ਕੀਤਾ ਹੋਇਆਗਾ ਵੀ ਜਿਹੜੇ ਇਹ ਲੱਗੇ ਆ 120 ਰੂਮ ਕੁੜੀਆਂ ਦੇ 120 ਰੂਮ ਮੁੰਡਿਆਂ ਦੇ ਇਹਦੇ ਮੀਟ ਸਾਡੇ ਕੋਲ ਮੀਟਿੰਗ ਦੇ ਜਿਹਦੇ ਵਿੱਚ ਕਿਹਾ ਵੀ ਬਿਉਂਡ ਦੀ ਰਿਜ਼ਰਵੇਸ਼ਨ ਜਿਹੜੀ 22% ਰਿਜ਼ਰਵੇਸ਼ਨ ਆ ਉਹ ਤੋਂ ਬਿਉਂਡ ਆ ਜਿਹੜੇ 120 ਕਮਰੇ ਕੁੜੀਆਂ ਦੇ ਤੇ 120 ਕਮਰੇ ਮੁੰਡਿਆਂ ਦੇ ਜਿਹੜੇ ਹੋਏ ਹੋਏ ਆ ਤੇ ਸਾਡੀ ਡਿਮਾਂਡ ਆ ਜਿਹੜੇ ਉਹ 120 ਕਮਰੇ ਕੁੜੀਆਂ ਦੇ ਆ ਮੁੰਡਿਆਂ ਦੇ ਆ ਉਹ ਵੱਖ-ਵੱਖ ਹੋਸਟਲਾਂ ਦੇ ਵਿੱਚ ਸਾਨੂੰ ਦਿੱਤੇ ਜਾਣ ਜਿਹੜੀ ਸਾਡੀ ਤੀਜੀ ਡਿਮਾਂਡ ਆ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਆ ਜਿਹੜਾ ਪੰਜਾਬ ਦੇ ਸਟੂਡੈਂਟਾਂ ਨੂੰ ਮਿਲਦਾ ਉਸੇ ਤਰ੍ਹਾਂ ਹੀ ਹਰਿਆਣੇ ਦੇ ਸਟੂਡੈਂਟਾਂ ਨੂੰ ਮਿਲੇ ਤੇ ਸਾਡੇ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਅਸੀਂ ਹਰਿਆਣਾ ਸਰਕਾਰ ਨਾਲ ਕੀਤਾ ਸੀਗਾ ਕੰਟੈਕਟ ਜਿਦੇ ਵਿੱਚ ਹਰਿਆਣਾ ਸਰਕਾਰ ਦੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੇ ਇਹਨਾਂ ਨੂੰ ਜਿਹੜਾ ਲੈਟਰ ਆ ਭੇਜ ਦਿੱਤਾਗਾ ਵੀ ਤੁਸੀਂ ਜਿਹੜੇ ਹਰਿਆਣੇ ਦੇ ਸਟੂਡੈਂਟ ਆ ਉਹਨਾਂ ਨੂੰ ਜਿਹੜਾ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਪੰਜਾਬ ਦੇ ਸਟੂਡੈਂਟ ਨੂੰ ਮਿਲਦਾ ਦਿਓ ਪੈਸੇ ਦੀ ਸਿਉਰਟੀ ਅਸੀਂ ਲੈਨੇ ਆ ਪਰ ਜਿਹੜੀ ਪੰਜਾਬ ਜੁਨੀਵਰਸਿਟੀ ਦੀ ਜਾਤੀਵਾਦੀ ਮਾਨਸਿਕਤਾ ਗਈ ਉਹ ਲਾਗੂ ਨਹੀਂ ਕਰ ਰਹੀ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੀ ਇਹ ਸਾਡੀਆਂ ਤਿੰਨ ਜਿਹੜੀਆਂ ਮੁੱਖ ਡਿਮਾਂਡਾਂ ਨੇ ਦੂਜੀ ਗੱਲ ਜਿਹੜੀ ਅਸੀਂ ਆਜ਼ਾਦੀ ਦੀ ਕਰਦੇ ਆ ਅਸੀਂ ਸਾਡਾ ਇੱਕ ਸਵਾਲ ਆ ਕਿ ਅੱਜ ਜਦੋਂ ਅਸੀਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਆ ਕੀ ਅੱਜ ਇੱਥੋਂ ਦੇ ਜਿਹੜੇ ਦਲਤਾ ਡਿਪਰਾਈਡ ਸੈਕਸ਼ਨ ਆ ਉਹ ਕੀ ਉਹ ਅੱਜ ਆਜ਼ਾਦ ਨੇ ਜਿਨ੍ਹਾਂ ਨੂੰ ਅੱਜ ਵੀ ਉਹੀ ਜਿਹੜਾ ਮਨੂਵਾਦ ਦਾ ਜਿਹੜਾ ਦੌਰ ਸੀ ਉਦੋਂ ਜਿਹੜਾ ਗਰੀਬ ਦਲਤਾਂ ਨੂੰ ਇੱਥੋਂ ਦੇ ਪਛੜਿਆਂ ਨੂੰ ਜਿਹੜਾ ਝੱਲਣਾ ਪੈਂਦਾ ਸੀ ਜਾਤੀਵਾਦ ਦਾ ਸਕਾਰ ਹੋਣਾ ਪੈਂਦਾ ਸੀਗਾ ਹੁਣ ਵੀ ਉਹ ਜਿਹੜਾ ਜਾਤੀਵਾਦ ਦਾ ਸਕਾਰ ਆ ਉਹਨਾਂ ਨੂੰ ਇੱਥੇ ਐਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਵੀ ਚੱਲਣਾ ਪੈ ਰਿਹਾ ਮੈਨੂੰ ਲੱਗਦਾ ਕਿ ਝੂਠੀ ਆਜ਼ਾਦੀ ਹੈ ਜਿਹੜੀ ਦਲਤਾਂ ਲਈ ਨਹੀਂ ਆਈ ਜਿਹੜਾ ਇਹ ਥੋਪੀ ਆਜ਼ਾਦੀ ਦਾ ਜਿਹੜਾ ਮਹਾ ਬਣਾਇਆ ਜਾ ਰਿਹਾ ਆਜ਼ਾਦੀ ਬਣਾਇਆ ਜਾ ਰਹੀ ਹੈ ਇਹ ਸਾਰਾ ਕੁਝ ਫੇਕ ਆ ਜਿਹੜੀ ਦਲਤਾਂ ਦੀ ਆਜ਼ਾਦੀ ਆ ਉਹ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਉਂਦੀ ਜੀ ਪਿਛਲੇ ਸਾਲ ਤੋਂ ਹੀ ਸਾਡੀ ਡਿਗਰੀ ਰੁਕੀ ਹੋਈ ਆ ਜਿਸ ਕਰਕੇ ਨਾ ਤਾਂ ਅਸੀਂ ਕੋਈ ਜੌਬ ਅਪਲਾਈ ਕਰ ਪਾ ਰਹਿਆਂ ਤੇ ਨਾ ਅੱਗੇ ਵੀ ਫਰਦਰ ਸਟੱਡੀ ਜੇ ਕਰਨੀ ਹੋਵੇ ਉਹ ਵੀ ਨਹੀਂ ਅਸੀਂ ਕਰ ਪਾ ਰਹੇ ਕਿਉਂਕਿ ਸਾਡੀ ਡਿਗਰੀ ਆ ਜਿਹੜੀ ਉਹ ਵੇਟਿੰਗਸ ਆ